ਪੁੱਤ ਮੈਨੂੰ ਆਣ ਕੇ ਮਿਲ ਜਾ ਪੁੱਤ ਵੇ ਪੁੱਤ ਮੈਂ ਕੀ ਕਰੂੰਗੀ ਵੇ ਕੀ ਕਰੂੰਗੀ ਵੇ ਪੁੱਤ ਵਿੰਦਰ ਸਿੰਘ ਮੇਰੇ ਪੁੱਤ ਦਾ ਨਾਂ ਜੋ ਹੈ ਕੀ ਗੱਲ ਹੋਈ ਜੀ ਉੱਥੇ ਹੋ ਗਿਆ ਐਕਸੀਡੈਂਟ ਆਉਂਦੇ ਹੋਇਆ ਹੁਣ ਪਤਾ ਨਹੀਂ ਜੋ ਲੱਗਦਾ ਸਾਨੂੰ ਕੀ ਹੋਇਆ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਅਸੀਂ ਸਰਕਾਰ ਕੋਲ ਕੀ ਮੰਗ ਕਰਦੇ ਅਸੀਂ ਇਹਨੇ ਸਾਡਾ ਪੁੱਤ ਆਵੇ ਇੱਧਰ ਅਸੀਂ ਪੁੱਤ ਨੂੰ ਵੇਖੀਏ ਆਪਣੇ ਨੂੰ ਆਪਣੇ ਪੁੱਤ ਦੇ ਮੇਰੀਆਂ ਧੀਆਂ ਵੀ ਆਉਣ ਮੇਰੇ ਪੁੱਤ ਵੀ ਆਉਣ ਸਾਰੇ ਆਉਣ ਮੇਰੇ ਕਿੰਨਾ ਟਾਈਮ ਹੋ ਗਿਆ ਸੀ ਗਏ ਨੂੰ ਜੀ ਗਿਆ ਨੂੰ ਤਾਂ ਹਜੇ 2 ਮਹੀਨੇ ਵੀ ਨਹੀਂ ਹੋਇਆ ਨਾ ਰਜਿੰਦਰਾ ਮੈਨੂੰ ਸਮਝ ਨਹੀਂ ਲੱਗਦੀ 2 ਕੁ ਮਹੀਨੇ ਹੀ ਹੋਏ ਆ ਹਾਂ 2 ਕੁ ਮਹੀਨੇ ਹੋਏ ਮੇਰੇ ਪੁੱਤ ਨੂੰ ਗਾਏ ਨੂੰ ਵਰਿੰਦਰ ਸਿੰਘ ਨਾਂ ਇਹਦਾ ਜੀ ਗੱਗੂ ਮਾਲ ਪਿੰਡ ਆ ਸਾਲੀ ਮੇਰੇ ਦਾ ਲਟਕਾ ਹੋਇਆ ਜੀ 7 ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗਏ ਨੂੰ ਆਇਆ 2 ਉਹਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿਸ ਤਰ੍ਹਾਂ ਆਈ ਤੁਹਾਨੂੰ ਖਬਰ ਇੱਦਾਂ ਆਈ ਵੀ ਸਾਡੇ ਗੁਆਂਢ ਤੋਂ ਮੁੰਡਾ ਸਾਡੇ ਗੁਆਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲੈ ਕੇ ਗਿਆ ਆ ਛਿਡਨੀ ਗੱਡੀ ਲੈ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ 'ਤੇ ਇਹਨੇ ਜਿਵੇਂ ਉਹ ਆਪਣਾ ਰੱਸਾ ਕੱਸਣ ਡਿਆ ਸੀ ਮਿੰਟ ਕੱਸਦੇ ਸੀ ਉੱਤੋਂ ਹੱਥ ਛੁੱਟ ਗਿਆ ਅਤੇ ਥੱਲੇ ਡਿੱਗ ਪਿਆ ਆ ਅਤੇ ਡਿੱਗਦਿਆਂ ਸਾਰ ਹੀ ਉਹਨਾਂ ਦਿਨ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਮੌਤ ਮੌਕੇ 'ਤੇ ਹੀ ਉੱਥੇ ਹੋ ਗਈ ਕੀ ਚਾਹੁੰਦੇ ਹੋ ਤੁਸੀਂ ਹੁਣ ਕੀ ਸਰਕਾਰ ਕੋਲ ਕੀ ਮੰਗ ਕਰਦੇ ਹੋ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਲਾਸ਼ ਆਉਣੀ ਚਾਹੀਦੀ ਆ ਅਸੀਂ ਇੱਥੇ ਆਪਣਾ ਸਤਿਕਾਰ ਕਰੀਏ ਸਾਡੀ ਇੰਨੀ ਮਦਦ ਕਰਨ ਵੀ ਇੱਥੇ ਪਹੁੰਚਣਾ ਚਾਹੀਦਾ ਜਿੰਨੀ ਵੀ ਸਾਡੀ ਮਦਦ ਹੋ ਸਕਦੀ ਆ ਕਰਨੇ ਕੀ ਗੱਲ ਹੋਈ ਜੀ ਵਰਿੰਦਰ ਸਿੰਘ ਸਰਦਾਰ ਨਿਰਮ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਗੱਗੂਮਾਲ ਤਹਿਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਵਿਦੇਸ਼ 'ਚ ਰਹਿ ਰਿਹਾ ਸੀ 8 ਸਾਲ ਹੋ ਗਏ ਲਗਭਗ ਕਿਹੜੇ ਦੇਸ਼ 'ਚ ਇਹ ਆਸਟ੍ਰੇਲੀਆ 'ਚ ਅਤੇ ਸਿਡਨੀ 'ਚ ਟਰੱਕ ਡਰਾਈਵਰ ਸੀ ਸਿਡਨੀ 'ਚ ਉਹਨਾਂ ਦੀ ਕਿਸੇ ਹਾਦਸੇ ਕਾਰਨ ਜਿਹੜੀ ਮੌਤ ਡੈਥ ਹੋ ਗਈ ਹੈ ਕੱਲ੍ਹ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਅਤੇ ਸਾਡੀ ਮੰਗ ਆ NRI ਵੀਰਾਂ ਗਾੜੀ ਅਤੇ ਸਰਕਾਰ ਗਾੜੀ ਵੀ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ NRI ਵੀਰ ਜਿਹੜੇ ਵੱਡੇ ਦੇਲ ਵਾਲੇ ਆ ਉਹ ਸਹਿਯੋਗ ਕਰਨ ਜਿਹੜੀ ਉਹਦੀ ਡੈੱਡ ਬਾਡੀ ਆ ਅਸੀਂ ਇੱਥੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗ ਆ ਇਕੱਲਾ ਇਕੱਲਾ ਮਾਪਿਆਂ ਦਾ ਬੇਟਾ ਅਸੀਂ ਹੋਰ ਕੋਈ ਇਹਨਾਂ ਕੋਈ ਸਾਰਾ ਵੀ ਹੈ ਨਹੀਂ ਬਜ਼ੁਰਗਾਂ ਕੋਲ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਆ ਵੀ ਉਹਦੀ ਬਾਡੀ ਜਿਹੜੀ ਇੱਧਰ ਲਿਆਂਦੀ ਜਾਵੇ ਹਾਂਜੀ ਕੀ ਨਾਮ ਹੈ ਕੀ ਗੱਲ ਹੋਈ ਜੀ ਇਹ ਵਰਿੰਦਰ ਸਿੰਘ ਸੀ ਇਸ ਤਰ੍ਹਾਂ ਹੀ ਬਾਹਰ ਗਿਆ ਸੀ 8 ਸਾਲੀ ਪਹਿਲਾਂ ਆਇਆ ਸੀ 2 ਛੋਟੀਆਂ ਗੁੱਡੀਆਂ ਸੀ ਇਹਦੀਆਂ ਕਿਹੜੇ ਦੇਸ਼ ਗਏ ਆਸਟ੍ਰੇਲੀਆ ਸੀ ਠੀਕ ਹੈ ਡਰਾਈਵਰੀ ਕਰਦਾ ਸੀ ਉੱਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੁਜ਼ਗਾਰ ਦੇ ਜਿਸ ਤਰ੍ਹਾਂ ਰੋਜ਼ ਜਾਂਦਾ ਉੱਥੋਂ ਸਿਡਨੀ ਗਿਆ ਸੀ ਉੱਥੇ ਇਹਦੇ ਨਾਲ ਕੋਈ ਭਾਣਾ ਵਰਤ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹੇ ਕਿਸੇ ਕੀ ਇਹਦੇ ਨਾਲ ਭਾਣਾ ਵਰਤ ਗਿਆ ਅਤੇ ਤੁਹਾਨੂੰ ਜਿਹੜਾ ਫੋਨ ਆਇਆ ਉੱਥੇ ਕੀ ਦੱਸਿਆ ਗਿਆ ਫੋਨ 'ਤੇ ਸਾਨੂੰ ਇਹੋ ਕਿਹਾ ਗਿਆ ਵੀ ਐਕਸੀਡੈਂਟ ਹੋਇਆ ਅਤੇ ਇਹ ਕਹਿ ਅਸੀਂ ਆਉਂਦੇ ਹਾਂ ਵੀ ਗੌਰਮੈਂਟ ਨੂੰ ਸਰਕਾਰ ਨੂੰ ਵੀ ਸਾਡੀ ਉਹਨਾਂ ਦੀ ਕੋਈ ਡੈਥ ਜਿਹੜੀ ਬਾਡੀ ਆ
ਉਹ ਕੋਈ ਸਾਡੀ ਇਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਅਤੇ ਸਾਨੂੰ ਦੋ ਇੱਥੇ ਪੰਜਾਬ 'ਚ ਦਿੱਤੀ ਜਾਵੇ ਅਤੇ ਅਸੀਂ ਆਪਣੇ ਪੁੱਤ ਦੇ ਜਿਹੜੇ ਬਾਕੀ ਆ ਜੋ ਉਹਦਾ ਕਰ ਲਈਏ।